ਤੇ ਕੇਅਰ ਥੋੜੀ ਹੈਗੀ ਹੈ ਜੀ ਗਰਮੀ ਦੇ ਵਿੱਚ ਸਰ ਏਸੀ ਦੇਣਾ ਪੈਂਦਾ ਜੀ ਜ਼ਰੂਰ ਬਿਕੋਜ਼ ਇਹਨੂੰ ਗਰਮੀ ਜ਼ਿਆਦਾ ਲੱਗਦੀ ਹੈ ਨਾ ਹੇਅਰ ਜ਼ਿਆਦਾ ਹੁੰਦੇ ਆ ਜੀ ਤਾਂ ਕਰਕੇ ਅਗਰੈਸਿਵ ਨਹੀਂ ਹੈ ਬੱਚੇ ਨਹੀਂ ਬਿਲਕੁਲ ਨਹੀਂ ਜੀ ਅਗਰੈਸਿਵ ਸਰ ਇਹਦੇ ਵਿੱਚ ਇਦਾਂ ਆ ਬਲੱਡ ਲਾਈਨ ਦਾ ਹੁੰਦਾ ਕਿਸੇ ਦਾ ਮੈਟਰ ਕਰਦੀ ਆ ਸਾਥ ਮੇ ਸਰ ਹਸਕੀ ਗੋਲਡਨ ਰਿਵਰ ਫ੍ਰੈਂਚ ਬੁਲਡੋਗ ਅਮੈਰੀਕਨ ਕੀਤਾ ਕੀ ਬੀਡਿੰਗ ਹੈ भोला शोला के नाम से हमारे लगभग 10 फ्रेंचाइजी स्टोर ऑल ओवर इंडिया है। हमारी ऐप है भोला शोला के नाम से, आईफोन और एंड्रॉइड फोन दोनों पर अवेलेबल है। एंड www.bholashola.com के नाम से हमारी वेबसाइट है, प्लीज शॉप देयर। क्या नाम है सर? सर मेरा नाम फतेह सिंह जी। जी सर, ये लोकेटेड कहाँ पर है? सर मानसा जिला जी, मेरा पिंड समाऊ है जी। सर गल देखो केयर मतलब चाहे बिना हेयर का डॉग है चाहे जो भी है जो आप शो करना केयर तो करनी पैंदी है जी। ਤੇ ਕੇਅਰ ਥੋੜੀ ਹੈਗੀ ਹੈ ਜੀ ਗਰਮੀ ਦੇ ਵਿੱਚ ਸਰ ਏਸੀ ਦੇਣਾ ਪੈਂਦਾ ਜੀ ਜ਼ਰੂਰ ਬਿਕੋਜ਼ ਇਹਨੂੰ ਗਰਮੀ ਜ਼ਿਆਦਾ ਲੱਗਦੀ ਹੈ ਨਾ ਹੇਅਰ ਜ਼ਿਆਦਾ ਹੁੰਦੇ ਆ ਜੀ ਤਾਂ ਕਰਕੇ ਬਾਕੀ ਹੋਰ ਮੰਨ ਲਓ ਕੇਅਰ ਜਾਂ ਕੋਈ ਅਗਰੈਸਿਵ ਜਾਂ ਕੁਛ ਹੋਰ ਇੱਦਾਂ ਦਾ ਕੁਛ ਨਹੀਂ ਜੀ ਆਰਾਮ ਨਾਲ ਆਪਾਂ ਘਰੇ ਰੱਖ ਸਕਦੇ ਹਾਂ ਬੱਚੇ ਨਾਲ ਰੱਖ ਸਕਦੇ ਹਾਂ ਜੀ ਕੋਈ ਦਿੱਕਤ ਨਹੀਂ ਬਹੁਤ ਪਿਆਰਾ ਡੋਗ ਹੈ ਜੀ ਘਰੇ ਅਗਰੈਸਿਵ ਨਹੀਂ ਹੈ ਬੱਚੇ ਨਹੀਂ ਬਿਲਕੁਲ ਨਹੀਂ ਜੀ ਅਗਰੈਸਿਵ ਸਰ ਇਹਦੇ ਵਿੱਚ ਇੱਦਾਂ ਆ ਬਲੱਡ ਲਾਈਨ ਦਾ ਹੁੰਦਾ ਕਿਸੇ ਦਾ ਮੈਟਰ ਕਰਦੀ ਆ ਵੈਸੇ ਨਾ ਮੰਨ ਲਓ ਮੇਰਾ ਐਕਸਪੀਰੀਅੰਸ ਇੱਦਾਂ ਆ ਵੀ ਡੋਗ ਕੋਈ ਵੀ ਅਗਰੈਸਿਵ ਨਹੀਂ ਹੁੰਦਾ ਜੀ ਆਪਾਂ ਜਿੱਦਾਂ ਉਹਨੂੰ ਟ੍ਰੀਟ ਕਰਦੇ ਹਾਂ ਘਰੇ ਦੀ ਜਦੋਂ ਆਪਾਂ ਆਪਣੇ ਬੱਚਿਆਂ ਵਾਂਗੂ ਟ੍ਰੀਟ ਕਰਾਂਗੇ ਪਿਆਰ ਨਾਲ ਰੱਖਾਂਗੇ ਤਾਂ ਉਹਨੇ ਕਦੇ ਵੀ ਅਗਰੈਸਿਵ ਨਹੀਂ ਹੋਣਾ ਜੀ ਮੇਰੇ ਕੋਲ ਸਰ ਘਰ ਮੰਨ ਲਓ ਮੈਂ ਬ੍ਰੀਡਿੰਗ ਚਾਉ ਦੀ ਹੈ ਮੇਰੀ ਮੇਰਾ ਬੱਚਾ 6 ਸਾਲ ਲਾਇਆ ਜੀ ਉਹ ਕਿਸੇ ਵੀ ਡੋਗ ਦੇ ਉੱਤੇ ਜਾ ਕੇ ਬਹਿ ਜਾਂਦਾ ਸੀ ਕਿਸੇ ਦੇ ਕੰਨ ਫੜ ਲਏ ਜੀ ਕਿਸੇ ਦੀ ਪੂਛ ਖਿੱਚ ਲਈ ਅੱਜ ਤੱਕ ਕਦੇ ਵੀ ਕੋਈ ਦਿੱਕਤ ਨਹੀਂ ਆਈ ਜੀ ਹਾਂਜੀ ਹਾਂਜੀ ਜੀ ਆਰਾਮ ਨਾਲ ਇਹਨਾਂ ਨਾਲ ਖੇਡਦਾ ਆ ਜੀ ਬਿਕੋਜ਼ ਮੰਨ ਲਓ ਘਰੇ ਜਦੋਂ ਵੀ ਕੋਈ ਪੱਪੀ ਹੁੰਦੇ ਨੇ ਜੀ ਤਾਂ ਛੋਟੇ ਪੱਪੀ ਜੀ ਨੂੰ ਨਾਲ ਰੱਖਦਾ ਆਪਣੇ ਨਾਲ ਤੇ ਛੋਟੇ ਹੁੰਦੇ ਤੋਂ ਖੇਡਦਾ ਆ ਤਾਂ ਡੌਗ ਦਾ ਸੁਭਾਅ ਵੀ ਉਦੋਂ ਦਾ ਬਣ ਜਾਂਦਾ ਸੀ। ਅੱਛਾ, ਆਪ ਸੋਸ਼ਲਾਈਜ਼ ਸ਼ੁਰੂ ਸੇ ਹੀ? ਹਾਂਜੀ ਹਾਂਜੀ, ਸ਼ੁਰੂ ਸੇ ਫ੍ਰੈਂਡਲੀ ਹੋ ਜਾਂਦਾ ਹੈ ਜੀ। ਸਿੰਘ ਸਾਹਿਬ, ਆਪਕੇ ਪਾਸ ਕਿੰਨੇ ਚੌਚੌ ਹਨ? ਸਰ ਮੇਰੇ ਪਾਸ ਚੌਚੌ ਜੀ 11 ਚੌਚੌ ਹੈ ਜੀ, ਉਸਮੇ 7 ਫੀਮੇਲ ਹੈ ਜੀ, 4 ਮੇਲ ਹੈ ਜੀ। ਪਰ ਆਪ ਸਿਰਫ ਚੌਚੌ ਨੂੰ ਹੀ ਕੰਮ ਕਰਦੇ? ਨਹੀਂ ਸਰ, ਚੌਚੌ ਮੇਰੀ ਮੇਨ ਬ੍ਰੀਡਿੰਗ ਹੈ ਜੀ, ਸਾਥ ਮੇ ਸਰ ਹਸਕੀ ਗੋਲਡਨ ਰਿਵਰ ਫ੍ਰੈਂਚ ਬੁਲਡੋਗ ਅਮੈਰੀਕਨ ਕੀਤਾ ਕੀ ਬ੍ਰੀਡਿੰਗ ਹੈ। ਤਾਂ ਆਪਕੇ ਪਾਸ ਸਟ੍ਰੇਟ ਸਰਵਿਸ ਪੱਪ ਸਭ ਅਵੇਲੇਬਲ ਹੋ? ਜੀ ਸਰ। ਸਰ ਵੋ ਵੀ ਡੋਗ ਆਪਣੇ ਹੀ ਹੈ ਜੀ, ਆਪਣੇ ਫ੍ਰੈਂਡ ਕਾ ਹੈ ਜੀ, ਵੋ ਵੀ ਅੱਛਾ ਡੋਗ ਹੈ ਜੀ, ਬਟ ਆਜ ਹੋਤਾ ਹੈ ਜੀ ਕਈ ਵਾਰ ਕਿਸੀ ਡੋਗ ਕਾ ਦਿਨ ਨਹੀਂ ਹੋਤਾ ਜੀ ਕਿਸੀ ਡੋਗ ਕਾ, ਤੋ ਇਸੀ ਲਈ ਜੀ ਥੋੜਾ ਹੈ ਥਾ ਆਜ ਉਸਕਾ ਦਿਨ ਨਹੀਂ ਥਾ ਜੀ, ਤੋ ਇਸੀ ਲਈ ਵੋ ਉਸਕਾ ਅੱਜ ਨਹੀਂ ਹੋਆ ਜੀ ਕੋਈ। ਜੀ ਸਰ, ਸਰ ਸਟੱਡ ਸਰਵਿਸ ਫੀਸ ਪੇ ਹੋਤੀ ਹੈ ਜੀ ਓਨਲੀ? ਜੀ ਸਰ। ਨਹੀਂ ਜੀ, ਸਰ ਸਟੱਡ ਸਰਵਿਸ ਡੋਗ ਕੇ ਅਕੋਰਡਿੰਗ ਹੈ ਜੀ, ਅਗਰ ਕਿਸੇ ਕੋ ਚੈਂਪੀਅਨ ਲਾਈਨ ਸੇ ਚਾਹੀਏ ਤੋ ਉਸਕਾ ਜੀ 20,000 ਹੈ ਜੀ, ਅਗਰ ਨਾਰਮਲ ਡੋਗ ਸੇ ਚਾਹੀਏ ਤੋ ਵੋ ਉਸਕਾ 10,000 ਹੈ ਜੀ। ਆਪਕੇ ਫਾਰਮ ਮੇ ਅਗਰ ਮੈਂ ਬੱਚਾ ਪੁੱਛੂ ਪੱਪ, ਪੱਪ ਕਾ ਰੇਟ ਕਿਆ ਹੈ? ਸਰ ਪੱਪ ਮੇਰੇ ਪਾਸ ਜੀ ਜੋ ਮੇਰੀ ਜੇ ਕੁਆਲਿਟੀ ਹੈ ਜੈਸੇ ਆਪ ਦੇਖ ਰਹੇ ਹੋ ਜੀ, ਸਰ 25,000 25,000 ਸੇ ਸਟਾਰਟ ਹੈ ਜੀ ਡੋਗ ਕਾ ਬੱਚਾ। ਔਰ ਜੋ ਆਪਨੇ ਬਾਕੀ ਕਹਾ ਕਿ ਆਪਕੇ ਪਾਸ ਅਭੀ ਰਾਈਟ ਨਾ ਜੋ ਬਾਕੀ ਟ੍ਰੀਡੋ ਕਾ ਨਾਮ ਹੈ ਜੀ, ਇਹ ਉਸਕੇ ਪੱਪਸ ਅਵੇਲੇਬਲ ਹੈ? ਜੀ ਸਰ ਜੀ ਸਰ ਹੈ ਗਿਆ ਜੀ। ਇਹ ਵੀ ਆਪ ਇਸ ਪਰ ਹੀ ਕਰੋਗੇ ਨਾ? ਜੀ ਹਾਂ ਸਰ, ਸਟਾਰਟ ਸਰ ਵੀ ਸਾਰੀ ਫੀਸ ਤੇ ਹੈ ਜੀ। ਅਗਰ ਆਪ ਕੰਟੈਕਟ ਨੰਬਰ ਪ੍ਰੋਵਾਈਡ ਕਰਵਾ ਤਾਂ ਕੋਈ ਅਗਰ ਆਪਸੇ ਲੈਣਾ ਚਾਹੇ ਔਰ ਇਨਫੋਰਮੇਸ਼ਨ ਕੋ ਪੁੱਛਣਾ ਚਾਹੇ ਤਾਂ? ਜੀ ਸਰ, ਸਰ ਮੇਰਾ ਇਦਾਂ ਹੈ ਜੀ, ਮੰਨ ਲਓ ਮੇਰੇ ਤੋਂ ਕੋਈ ਪੱਪ ਲੈਂਦਾ ਹੈ ਜੀ, ਆਪਣਾ ਇਹ ਨਹੀਂ ਹੈਗਾ ਵੀ ਆਪਾਂ ਪੱਪ ਦਿੱਤਾ ਤੇ ਕੰਮ ਖਤਮ ਜੀ, ਮੈਨੂੰ ਕੋਈ ਵੀ ਮੇਰਾ ਕਲਾਇੰਟ ਹੈ ਜੀ ਮੇਰੇ ਤੋਂ ਪੱਪ ਲੈ ਕੇ ਜਾਂਦਾ, ਆਪਾਂ ਐਜ਼ ਏ ਫੈਮਿਲੀ ਉਹਦੇ ਨਾਲ ਅੱਗੇ ਡੀਲ ਕਰਦੇ ਆ ਜੀ, ਅੱਗੇ ਲਾਈਫ ਟਾਈਮ ਤੱਕ ਆਪਾਂ ਉਹਦੇ ਨਾਲ ਰਹਿੰਦੇ ਆ ਜੀ, ਉਹਨੂੰ ਕਦੇ ਵੀ ਕੋਈ ਦਿੱਕਤ ਆਉਂਦੀ ਹੈ ਜੀ ਆਪਾਂ ਨੂੰ 24 ਘੰਟੇ ਜਦੋਂ ਮਰਜ਼ੀ ਕਾਲ ਕਰੇ ਜੀ, ਮੇਰਾ ਫੋਨ ਹਮੇਸ਼ਾ ਖੁੱਲ੍ਹਾ ਹੁੰਦਾ ਜੀ, ਤੇ ਮੰਨ ਲਓ ਜਦੋਂ ਵੀ ਕੋਈ ਦਿੱਕਤ ਹੋਈ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ ਸੀ। ਹਾਂਜੀ ਹਾਂ, ਹਾਂਜੀ ਹਾਂਜੀ ਜੀ 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 ਸਰ, ਜੀ 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 ਕੰਟੈਕਟ ਨੰਬਰ ਵੈਸੇ ਹੀ ਤਾਂ ਦਿਆ ਹੋਇਆ ਹੈ, ਇਹੀ ਕੰਟੈਕਟ ਨੰਬਰ ਹੈ ਸਰ ਜੀ ਹੈ ਜੀ।
लोकेशन मानसा डिस्ट्रिक्ट है जी। जब हम मानसा से पटियाला को जाते हैं जी तो उस रोड पे शहर है जी भिक्की, उसके साथ है जी मेरा विलेज जी समाओ। जी सर वेलकम जी सर।